अज थानू पंजाब दा एक ऐसा बच्चा मिलान लग्या, लुधियाने शहर दा एक ऐसा बच्चा मिलान लग्या वा जिहड़ा अपने आप च गुणवत्ती बहुत हैगा, बड़े गुण आ उहदे विच। उम्र सिर्फ आ 10 साल दी, पढ़दा लिखदा। नाम की आ तुहाडा? अनंतप्रीत सिंह। अनंतप्रीत सिंह, नाम किन्ने रख्या पहला ये दसो? मम्मा ने। मम्मी ने रख्या। उम्र किन्नी है? 10 साल। देखो जी, लॉकडाउन चलता पिया सीगा ते लॉकडाउन दे विच मेरे भरा दियां ते मेरे स्कूल दियां फीसां रुक गईयां सी, ऑनलाइन पढ़ाई भी बंद हो गई सी। अच्छा, मम्मा नूं सर्वाइकल दी प्रॉब्लम सीगी ते मम्मा दी भी जॉब छुट गई, पापा दी भी जॉब छुट गई, तां करके फिर रेडी लानी। मैं सवेरे 7:30 बजे स्कूल चल जाना, 3:30 बजे इधर ही आ जाना सीधा, ते उन्ना चिकर मम्मा बहिंदे आ। ਤੁਹਾਡੀ ਉਮਰ ਦੇ ਬੱਚੇ ਤਾਂ ਖੇਡ ਖਟਈਏ 'ਚ ਜ਼ਿਆਦਾ ਹੁੰਦੇ ਨੇ, ਅਤੇ ਤੁਹਾਡਾ ਚਿੱਤ ਨਹੀਂ ਕਰਦਾ ਹੈਗਾ ਮੈਂ ਵੀ ਉਹਨਾਂ ਵਾਂਗੂ ਖੇਡਾਂ ਕੁੱਦਾਂ ਸਾਰਾ ਦਿਹਾੜੀ ਆਪਣੇ, ਭਾਵੇਂ ਧੁੱਪ ਹੋਵੇ ਭਾਵੇਂ ਸਰਦੀ ਹੋਵੇ, ਇੱਧਰ ਉੱਧਰ ਫਿਰੀ ਜਾਵਾਂ ਖੇਡਾਂ ਮੌਜ ਮਸਤੀ? ਨਹੀਂ, ਕਦੇ ਕਦੇ ਚਲੇ ਵੀ ਜਾਂਦਾ, ਹੁਣ ਕੀ ਕਰੀਏ, ਤਾਂ ਵੀ ਜੇ ਘਰ ਦੀਆਂ ਮਜਬੂਰੀਆਂ ਵੀ ਦੇਖਣੀਆਂ ਪੈਂਦੀਆਂ। ਮੰਮੀ ਰੋਕਦੇ ਇੱਥੇ ਆਉਣ? ਹਾਂਜੀ, ਰੋਕਦੇ ਤਾਂ ਹੈਗਾ, ਹੁਣ ਪੇਪਰ ਚੱਲਦੇ ਪਿਆ, ਹੁਣ ਘੱਟ ਹੀ ਆਉਣਾ ਵਾ ਥੋੜ੍ਹਾ। ਅਨੰਤ, ਮੈਂ ਸੁਣਿਆ ਪਹਿਲ ਤੇ ਤੁਸੀਂ ਤਬਲਾ ਬਹੁਤ ਸੋਹਣਾ ਵਜਾਉਂਦੇ ਹੋ। ਹਾਂਜੀ। ਫਿਰ ਉਹਦੇ ਵਿੱਚ ਰੁਚੀ ਕਿਵੇਂ ਹੋਈ? ਸ਼ੁਰੂ 'ਚ ਸ਼ੌਂਕ ਸੀਗਾ, ਤੇ ਮੰਮਾ ਖਾਣਾ ਖਾਣ ਲਈ ਥਾਲੀ ਅੱਗੇ ਰੱਖਦੀ, ਉਹਦੇ 'ਤੇ ਵਜਾਉਣ ਲੱਗ ਜਾਂਦਾ ਸੀ। ਹਾਂਜੀ, ਤੇ ਫਿਰ ਮੰਮਾ ਨੇ ਸਿੱਖਣ ਲਾ ਤਾ, ਫਿਰ ਹੁਣ ਤੂੰ ਵਜਾਉਂਦਾ। ਇੱਥੇ ਕਮੇਟੀਆਂ ਵਾਲੇ ਬੜੇ ਪਰੇਸ਼ਾਨ ਕਰਦੇ ਨੇ, ਫਿਰ ਉਹ ਆਈ ਆ ਦਿੱਕਤ ਅੱਜ ਤੱਕ? ਇੰਨੇ ਮਹੀਨੇ ਹੋ ਗਏ ਤੁਹਾਨੂੰ ਲਾਉਂਦੇ ਨੂੰ? ਬਹੁਤ ਵਾਰ ਆਈ ਆ। ਆਹ ਹਫ਼ਤੇ ਕੀ ਬਾਅਦ ਆ ਜਾਂਦੇ ਆ, ਹੁਣੇ ਪਹਿਲਾਂ ਪਿਛਲੇ ਸੰਡੇ ਹੋ ਕੇ ਗਈ ਸੀ, ਆ ਪਰਸੋਂ ਫੇਰ ਆ ਕੇ ਉਹਨਾਂ ਦਾ ਆਫਿਸਰ ਕਹਿੰਦਾ ਪਿਆ ਸੀਗਾ ਵੀ ਇਹ ਚੌਂਕ ਸਾਨੂੰ ਖਾਲੀ ਚਾਹੀਦਾ, ਚੌਂਕ ਖਾਲੀ ਕਰ ਦਿਉ, ਨਹੀਂ ਤਾਂ ਫਿਰ ਰੇੜੀਆਂ ਪੱਕੀਆਂ ਚਗਾਉਣੀਆਂ ਪੈਣੀਆਂ। ਇੱਦਾਂ ਕਹਿੰਦੇ ਨੇ? ਹਾਂਜੀ। ਚੱਕੀ ਵੀ ਗਈ ਹੈ ਇੱਕ ਅੱਧੀ ਵਾਰੀ? ਬਹੁਤ ਵਾਰੀ ਚੱਕੀ ਗਈ ਆ, ਲਿਆਉਂਦੇ ਆ ਫਿਰ ਚੌਥੇ ਕੁ ਦਿਨ ਆ ਕੇ ਫਿਰ ਚੱਕ ਕੇ ਲੈ ਜਾਂਦੇ ਆ। ਹਾਂਜੀ। ਮਿਹਨਤ ਕਰ ਲਈ, ਜੇ ਮਿਹਨਤ ਹੀ ਕਰੀ ਗਏ, ਪੜ੍ਹਾਈ ਲਿਖਾਈ ਵੀ ਨਹੀਂ ਕੀਤੀ, ਤਾਂ ਮਿਹਨਤ ਦਾ ਵੀ ਕੀ ਫਾਇਦਾ ਹੋ ਗਿਆ? ਜੇ ਤੁਸੀਂ ਕੰਮਾਂ 'ਚ ਲੱਗੇ ਰਹੇ, ਪੜ੍ਹਾਈ ਲਿਖਾਈ ਕੀਤੀ ਨਹੀਂ, ਮਾਂ ਪਿਓ ਨੂੰ ਸੁੱਖ ਮਿਲਿਆ ਨਹੀਂ, ਫਿਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਰਹਿਮਤ ਟੀਵੀ ਦੇਖਣ ਵਾਲੇ ਤਮਾਮ ਸਰੋਤਿਆਂ ਦਾ ਨਿੱਘਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਦੋਸਤੋ, ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਮੈਂ ਮੌਜੂਦ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਵਾਲੀ ਰੋਡ ਹੈ ਕ੍ਰਿਸ਼ਨਾ ਮੰਦਿਰ ਨੂੰ ਜਾਂਦੇ ਹੋਏ। ਕੈਮਰਾਮੈਨ ਨੂੰ ਬੇਨਤੀ ਕਰੂੰਗਾ ਇੱਕ ਵਾਰੀ ਗੁਰਦੁਆਰੇ ਵਾਲੀ ਰੋਡ ਦਿਖਾ ਦੇਣ ਜਿੱਥੇ ਮੈਂ ਇਸ ਵੇਲੇ ਮੌਜੂਦ ਹਾਂ। ਅੱਜ ਤੁਹਾਨੂੰ ਪੰਜਾਬ ਦਾ ਇੱਕ ਐਸਾ ਬੱਚਾ ਮਿਲਾਉਣ ਲੱਗਿਆ, ਲੁਧਿਆਣੇ ਸ਼ਹਿਰ ਦਾ ਇੱਕ ਐਸਾ ਬੱਚਾ ਮਿਲਾਉਣ ਲੱਗਿਆ ਵਾਂ ਜਿਹੜਾ ਆਪਣੇ ਆਪ 'ਚ ਗੁਣਵੱਤੀ ਬਹੁਤ ਹੈਗਾ, ਬੜੇ ਗੁਣ ਆ ਉਹਦੇ ਵਿੱਚ। ਉਮਰ ਸਿਰਫ ਆ 10 ਸਾਲ ਦੀ, ਪੜ੍ਹਦਾ ਲਿਖਦਾ, ਚੰਗਾ ਭਲਾ ਸੋਹਣਾ ਸੁਨੱਖਾ ਮੁੰਡਾ ਹੈਗਾ ਵਾ, ਗੱਲਬਾਤ ਕਰਾਂਗੇ। ਨਾਮ ਆ ਉਹਦਾ ਅਨੰਤਪ੍ਰੀਤ। ਸਭ ਤੋਂ ਪਹਿਲਾਂ ਤਾਂ ਨਾਮ ਹੀ ਬੜਾ ਸੋਹਣਾ ਰੱਖਿਆ ਘਰਦਿਆਂ ਨੇ, ਕੀ ਹਾਲ ਆ? ਵਧੀਆ ਜੀ। ਨਾਮ ਕੀ ਆ ਤੁਹਾਡਾ? ਮੈਂ ਤਾਂ, ਮੈਨੂੰ ਤਾਂ ਪਤਾ ਵਾ, ਇੱਕ ਵਾਰੀ ਤੁਸੀਂ ਆਪਣੇ ਮੂੰਹੋਂ ਦੱਸੋ। ਅਨੰਤਪ੍ਰੀਤ ਸਿੰਘ। ਅਨੰਤਪ੍ਰੀਤ ਸਿੰਘ, ਨਾਮ ਕਿੰਨੇ ਰੱਖਿਆ ਪਹਿਲਾਂ ਇਹ ਦੱਸੋ? ਮੰਮਾ ਨੇ। ਮੰਮੀ ਨੇ ਰੱਖਿਆ। ਉਮਰ ਕਿੰਨੀ ਹੈ? 10 ਸਾਲ। 10 ਸਾਲ। ਮੈਂ ਸ਼ੁਰੂ ਦੇ ਵਿੱਚ ਕਿਹਾ ਕਿ 10 ਸਾਲ ਦਾ ਇਹ ਬੱਚਾ ਵਾ, ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਕੀ ਇਹਦੇ ਅੰਦਰ ਗੁਣ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਇੱਥੇ ਮੈਂ ਦੱਸ ਦੇਣਾ ਚਾਹੁੰਦਾ, ਇਹ ਬੱਚਾ ਇੱਥੇ ਆਪਣੇ ਮਾਪਿਆਂ ਦੇ ਨਾਲ ਕੇਲਿਆਂ ਦੀ ਰੇਹੜੀ 'ਤੇ ਖੜਦਾ ਵਾ। ਮਾਪਿਆਂ ਦੀ ਮਦਦ ਕਰਨਾ, ਉਹਨਾਂ ਦਾ ਸਹਿਯੋਗ ਦੇਣਾ ਕੋਈ ਮਾੜੀ ਗੱਲ ਨਹੀਂ, ਜਿਹੜਾ ਅੱਜ ਕੱਲ੍ਹ ਦੀ ਪੀੜ੍ਹੀ ਦੇ ਵਿੱਚ ਨਹੀਂ ਦਿਖਦਾ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਆਪਣੇ ਸ਼ੌਂਕ ਦਿਖਦੇ ਨੇ ਸਿਰਫ ਭਗਾਉਣੇ, ਅਤੇ ਮਾਪਿਆਂ ਦੇ ਸਾਹਮਣੇ ਜ਼ਿੱਦ ਕਰਨੀ ਆਉਂਦੀ ਆ, ਪਰ ਇਹ 10 ਸਾਲਾਂ ਦਾ ਬੱਚਾ ਆਪਣੇ ਮਾਪਿਆਂ ਦੇ ਨਾਲ ਖੜਿਆ ਵਾ। ਸੋ ਅੱਗੇ ਗੱਲਬਾਤ ਕਰਦੇ ਹਾਂ, ਗੱਲਬਾਤ ਬੜੀ ਸੋਹਣੀ ਹੋਣ ਵਾਲੀ ਹੈ, ਮੈਂ ਚਾਹੂੰਗਾ ਕਿ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਵੀ ਕਰੀ ਜਾਓ। ਅੱਛਾ, ਮੈਨੂੰ ਇਹ ਦੱਸੋ ਪਹਿਲਾਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੁਸੀਂ? 6th। 6th ਦੇ ਵਿੱਚ ਪੜ੍ਹਦੇ ਹੋ? ਕਿਹੜੇ ਸਕੂਲ 'ਚ ਪੜ੍ਹਦੇ ਹੋ? RS। ਅੱਛਾ, ਐਡੀ ਧੁੱਪ ਆ, ਐਡੀ ਗਰਮੀ ਆ, ਤੁਸੀਂ ਇੱਥੇ ਖੜ੍ਹੇ ਹੋ, ਸਾਜਰੇ ਦਾ ਟਾਈਮ ਆ, 12-1 ਵਜੇ ਦਾ ਹੋ ਗਿਆ ਟਾਈਮ, ਹੈ ਨਾ, ਅਤੇ ਕਿਉਂ ਇੱਥੇ ਖੜ੍ਹਨ ਦੀ ਪਹਿਲਾਂ ਤਾਂ ਮਜਬੂਰੀ ਜੇ ਮੈਂ ਪੁੱਛਾਂ ਕੀ ਆ? ਦੇਖੋ ਜੀ, ਲੋਕਡਾਊਨ ਚੱਲਦਾ ਪਿਆ ਸੀਗਾ ਅਤੇ ਲੋਕਡਾਊਨ ਦੇ ਵਿੱਚ ਮੇਰੇ ਭਰਾ ਦੀਆਂ ਅਤੇ ਮੇਰੇ ਸਕੂਲ ਦੀਆਂ ਫੀਸਾਂ ਰੁਕ ਗਈਆਂ ਸੀ, ਔਨਲਾਈਨ ਪੜ੍ਹਾਈ ਵੀ ਬੰਦ ਹੋ ਗਈ ਸੀ, ਮੰਮਾ ਨੂੰ ਸਰਵਾਈਕਲ ਦੀ ਪ੍ਰੋਬਲਮ ਸੀਗੀ, ਅਤੇ ਮੰਮਾ ਦੀ ਵੀ ਜੋਬ ਛੁੱਟ ਗਈ, ਪਾਪਾ ਦੀ ਵੀ ਜੋਬ ਛੁੱਟ ਗਈ, ਤਾਂ ਕਰਕੇ ਫਿਰ ਰੇਡੀ ਲਾਉਣੀ ਪਈ।
ਰੇੜੀ ਲਾਣੀ ਪਈ ਹੈ। ਹਾਂਜੀ। ਅੱਛਾ ਕਿੰਨੇ ਮਹੀਨੇ ਹੋ ਗਏ ਹੁਣ ਰੇੜੀ ਤੇ ਆਉਂਦੇ ਨੇ? ਸਾਲ ਕੋ ਹੋ ਗਿਆ। ਸਾਲ ਕੋ ਹੋ ਗਿਆ। ਕਦੋਂ ਕਿਹੜੇ ਟਾਈਮ ਆਉਂਦੇ ਹੋ ਇੱਥੇ ਤੁਸੀਂ? ਮੈਂ ਸਵੇਰੇ 7:30 ਵਜੇ ਸਕੂਲ ਚਲ ਜਾਂਦਾ, 3:30 ਵਜੇ ਇੱਧਰ ਹੀ ਆ ਜਾਂਦਾ ਸਿੱਧਾ, ਤੇ ਉਹਨਾਂ ਚਿਕਰ ਮੰਮਾ ਬਹਿੰਦੇ ਆ। ਮਜਬੂਰੀਆਂ ਹਾਂਜੀ ਰੋਕਦੇ ਤਾਂ ਹੈਗਾ, ਹੁਣ ਪੇਪਰ ਚੱਲਦੇ ਪਿਆ, ਹੁਣ ਘੱਟ ਹੀ ਆਉਣਾ ਵਾ ਥੋੜਾ। ਅੱਛਾ ਪੇਪਰ ਚੱਲਦੇ ਪਏ ਤੁਹਾਡੇ? ਹਾਂਜੀ। ਹੁਣ ਕਦੋਂ ਆ ਪੇਪਰ ਤੁਹਾਡਾ ਫਿਰ? ਕੱਲ ਹੈ। ਅੱਜ ਛੁੱਟੀ ਹੋਣੀ ਆ? ਹਾਂਜੀ। ਚਲੋ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ। ਅੱਛਾ ਹੁਣ ਇਹਦੇ ਅੰਦਰ ਜਿਹੜੇ ਗੁਣ ਆ ਉਹ ਤੁਹਾਨੂੰ ਦੱਸਦਾ ਅਨੰਤ, ਮੈਂ ਸੁਣਿਆ ਪਹਿਲ ਤੇ ਤੁਸੀਂ ਤਬਲਾ ਬਹੁਤ ਸੋਹਣਾ ਵਜਾਉਂਦੇ ਹੋ। ਹਾਂਜੀ। ਫਿਰ ਉਹਦੇ ਵਿੱਚ ਰੁਚੀ ਕਿਵੇਂ ਹੋਈ? ਬਸ ਵਧੀਆ, ਰੁਚੀ ਇੱਦਾਂ ਹੀ ਸ਼ੁਰੂ 'ਚ ਸ਼ੌਂਕ ਸੀਗਾ, ਅਤੇ ਮੰਮਾ ਖਾਣਾ ਖਾਣ ਲਈ ਥਾਲੀ ਅੱਗੇ ਰੱਖਦੀ, ਉਹਦੇ 'ਤੇ ਵਜਾਉਣ ਲੱਗ ਜਾਂਦਾ ਸੀ। ਹਾਂਜੀ। ਅਤੇ ਫਿਰ ਮੰਮਾ ਨੇ ਸਿੱਖਣ ਲਾ ਤਾ, ਫਿਰ ਹੁਣ ਤੂੰ ਵਜਾਉਣਾ। ਅੱਛਾ 10 ਸਾਲਾਂ ਦੀ ਤੁਹਾਡੀ ਉਮਰ ਹੈ, ਕਿਹੜੀ ਉਮਰ ਤੋਂ ਸਿੱਖਦੇ ਆ ਰਹੇ ਹੋ ਤਬਲਾ ਫਿਰ? 5 ਸਾਲ ਹੋ ਗਏ ਮੈਨੂੰ। 5 ਸਾਲ ਹੋ ਗਏ, ਐਕਸਪਰਟ ਹੋ ਗਏ ਹੋਣੇ, ਹੈ ਨਾ? ਅੱਛਾ ਤੁਸੀਂ ਇਸ ਗੁਰਦੁਆਰੇ ਦੇ ਅੰਦਰ ਸੇਵਾ ਵੀ ਕਰਦੇ ਹੋ ਜਿੱਥੇ ਅਸੀਂ ਖੜ੍ਹੇ ਹਾਂ, ਜੇ ਮੈਂ ਸਹੀ ਹਾਂ, ਹੈ ਨਾ? ਇਸੇ ਗੁਰਦੁਆਰੇ ਅੰਦਰ ਸੇਵਾ ਕਰਦੇ ਹੋ, ਅਤੇ ਸੇਵਾ ਕਿਹੜੇ ਟਾਈਮ ਕਰਦੇ ਹੋ, ਕਿਵੇਂ ਟਾਈਮ ਕੱਢਦੇ ਹੋ, ਉਹਦੇ ਬਾਰੇ ਦੱਸੋ। ਦੇਖੋ ਮੈਂ ਜਦੋਂ ਆਉਂਦਾ ਵਾ ਸ਼ਾਮ ਨੂੰ, ਅਤੇ ਮੰਮਾ ਘਰ ਚਲ ਜਾਂਦੇ ਆ, ਫਿਰ ਮੈਂ ਰਾਤ ਤੱਕ ਇੱਥੇ ਹੀ ਹੁੰਦਾ ਵਾਂ। ਹਾਂਜੀ। ਅਤੇ ਰਾਤ ਨੂੰ 8 ਵਜੇ ਜਾਂਦਾ ਸੁਖਾਸਨ ਸਾਹਿਬ ਦੀ ਸੇਵਾ ਕਰਨ, 11 ਵਜੇ ਤੱਕ ਅੰਦਰ ਹੀ ਹੁੰਦਾ। ਅੰਦਰ ਹੀ ਹੁੰਦੇ ਹੋ? ਹਾਂਜੀ। ਅੱਛਾ ਇਹ ਜੇ ਰੇੜੀ ਦੀ ਜੇ ਮੈਂ ਗੱਲ ਕਰਾਂ, ਇਹਨੂੰ ਫਿਰ ਸ਼ਾਮ ਨੂੰ ਵਧਾ ਦਿੰਦੇ ਹੋ? ਹਾਂਜੀ, ਰਾਤ ਨੂੰ 11:30-11 ਵਜੇ ਉਦੋਂ ਤੱਕ ਤੁਸੀਂ ਖੜ੍ਹੇ ਰਹਿੰਦੇ ਹੋ? ਹਾਂਜੀ, ਮੰਮਾ ਵੀ ਨਾਲ ਹੀ ਹੁੰਦੀ ਆ। ਅੱਛਾ ਮੰਮੀ ਨਾਲ ਹੀ ਹੁੰਦੇ ਨੇ, ਸ਼ਾਮ ਨੂੰ ਘਰੇ ਜਾ ਕੇ ਆ ਜਾਂਦੇ ਨੇ ਮੰਮੀ? ਹਾਂਜੀ। ਅੱਛਾ ਬੜੀ ਵਧੀਆ ਗੱਲ ਹੈ, ਬੜਾ ਕਮਾਲ ਦਾ ਬੱਚਾ ਵਾ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਬੱਚਾ ਹੈਗਾ, ਅਤੇ ਸਾਨੂੰ ਵੀ ਨਹੀਂ ਪਤਾ ਸੀਗਾ ਵੀ ਇਸ ਤਰ੍ਹਾਂ ਦਾ ਕੋਈ ਬੱਚਾ ਸਾਡੇ ਵਿੱਚ ਹੈਗਾ। ਅੱਛਾ ਮੈਂ ਸੁਣਿਆ ਤੁਹਾਨੂੰ ਗੁਰਬਾਣੀ ਦਾ ਬੜਾ ਗਿਆਨ ਆ, ਹੈ ਨਾ? ਤੁਸੀਂ ਸੁਣੇ ਹੋ, ਸਿੱਖਦੇ ਹੋ, ਬੋਲਦੇ ਹੋ, ਕੁਝ ਸੁਣਾਉਣਾ ਚਾਹੋਗੇ ਸਾਡੇ ਸਰੋਤਿਆਂ ਨੂੰ? ਸੁਣਾ ਦਾਂਗੇ। ਸੁਣਾਓ ਫਿਰ, ਕੀ ਸੁਣਾਉਣਾ ਚਾਹੋਗੇ? ਚੌਪਈ ਸਾਹਿਬ ਸੁਣਾ। ਬਿਲਕੁਲ ਬਿਲਕੁਲ ਸੁਣਾਓ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ, ਚੌਪਈ ਹਮਰੀ ਕਰੋ ਹਾਥ ਦਰ ਅੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਨ ਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਪਾਰਾ, ਹਮਰੇ ਦੁਰ ਸਭੈ ਤਮਕਾਵੋ, ਆਪ ਆਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰਬੈ ਤਰੀਆ, ਸਭੈ ਰਨ ਕੋ ਆਪ ਚੰਗਰੀਆ, ਪੂਰਨ ਹੋਏ ਹਮਾਰੀ ਆਸਾ, ਤੋੜ ਭਜਨ ਕੀ ਰਹੇ ਪਿਆਸਾ, ਤੁਮੇ ਚਾਟ ਕੋਈ ਅਵਰ ਨਾ ਤਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ, ਚੁਨ ਚੁਨ ਸਤਰ ਮਾਰੇ ਮਾਰੀਆ, ਆਪ ਆਦਮ ਮੁਝੇ ਉਭਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ, ਹੂ ਜੋ ਸਦਾ ਹਮਾਰੇ ਪੱਛਾ, ਸਿਰੇ ਸਤੁਜੂ ਕਰੇ ਔਰ ਅੱਛਾ, ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਧ ਉਸ ਚਨਕੇ ਅੰਤਾ, ਤੁਮ ਹੋ ਬੁਰੀ ਚਤੁਰਦਸਤੰਤਾ, ਕਾਲ ਪਾਏ ਬ੍ਰਹਮਾਵ ਅਵਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਦੀਓ, ਵੇਦ ਰਾਜ ਬ੍ਰਹਮਾ ਜੋ ਤੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ, ਜਵਨ ਕਾਲ ਸਭ ਜਗਤ ਬਣਾ, ਦੇਵ ਦੈ ਦੁਸ਼ਣ ਉਪਜਾਇਓ, ਆਦਿ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝਿਓ ਉਮਾਰ, ਨਮਸਕਾਰ ਤੇ ਸਿੱਖੋ ਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੁਹਬਤ ਕੀ, ਖਟ ਖਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਗੁਣ ਚਰਿਓ ਫੁੱਲਾ, ਸਭ ਪਰ ਕਿਰਪਾ ਦੁਸ਼ਕਰ ਫੁੱਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਖਟ ਖਟ ਕੇ ਪਟ ਪਟ ਕੀ ਜਾਣੇ, ਜਬ ਯੁੱਧ ਕਰਤ ਕਰਾ ਕਰ ਤਾਰਾ, ਪ੍ਰਜਾ ਤਰ ਤਬ ਇਹ ਜਬ ਹਾਂ ਕਰਤ ਤਰਤ ਹੋ ਤਬੂ, ਤੁਮ ਮੈਂ ਮਿਲਤ ਦੇਖ ਕਰ ਸਭ ਬੁਖੇ ਤੇ ਬਦਨ ਸ਼ੇਸ਼ ਅਵਤਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਬੀਤੇ ਰਹਿ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ, ਨਿਰੰਕਾਰ ਨਿਰਕਾਰ ਨਿਰਲੰਬ, ਆਦ ਅਨੀਦ ਅਨਾਦ, ਸੰਭ ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਦ ਨਾ ਵਾਵਤ ਵੇਦਾ, ਤਾਕੋ ਕਰਕਾ ਆਨੇ ਅਨੁਮਾਨਤ, ਮਹਾ ਮੂੜ ਕਚ ਭੇਦ ਨਾ ਜਾਣਤ, ਮਹਾਦੇਵ ਕੋ ਕੈਦ ਸਦਾ ਸਿਵ, ਨਿਰੰਕਾਰ ਕਾ ਚੀਨਤ ਲੈਪਿਵ, ਆਪ ਆਪਣੀ ਬੁਝੈ ਚੇਤੀ, ਬਰਨਤ ਪਿੰਨ ਪਿੰਨ ਕੋਈ ਦੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਵਿੱਚ ਸਦਾ ਪ੍ਰਥਮ ਸੰਸਾਰਾ,
ਇਤੇ ਰੂਪ ਅਨੂਪ ਸਰੂਪਾ ਰੰਗ ਪਿਓ ਰਾਤ ਪੇ ਪੁੱਪਾ ਅੰਡੇ ਤੇਰੇ ਜੇਤਸ ਤਿੰਨੀ ਉਦਭੁਤ ਖਾਣ ਬਹੁ ਰਜ ਦਿੱਲੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਰ ਕਿਉ ਸੰਕਟ ਕੈਟਾ ਸਗਲੀ ਸਿਸ਼ਟ ਦਿਖਾਏ ਚੰਬਵ ਆ ਜਗਾ ਸਰੂਪ ਚੰਬਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਉ ਬਾਰ ਸਿੱਖ ਸੰਗ ਕਰੋ ਦੁਸ਼ਟ ਦਿਖੇ ਉਤਪਤੇ ਉਤਪਾਤਾ ਸਕਲ ਮਲੇਸ਼ ਕਰੋ ਨਨਕਾਤਾ ਜੇ ਅਸ ਤੁਜਾ ਸ਼ਰਨੀ ਪਰੇ ਤਿਨਕੇ ਦੁਸ ਦੁਖਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤਕਾਲਾ ਕਿਰਪਾ ਦਿਸ ਕਰ ਜਾਏ ਨਿਹਰੇ ਹੋ ਤਾਂ ਕਿ ਤਾਪ ਤਨਕ ਮੋਹ ਹਰੇ ਹੋ ਰਿਤ ਸਿੱਧ ਕਰ ਮੋਸਬ ਹੋਈ ਦੁਸ਼ ਚਾਪ ਬਹਿ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੁਬਾਰਾ ਕਾਲ ਫਾਸਤੇ ਤਾਂ ਹੈ ਮਾਰਾ ਜਿੰਨਰ ਨਾਮ ਤਿਆਰ ਹੋ ਤਾਂ ਦਾਰ ਦੁੱਧ ਦੁੱਖ ਤੇਰਾ ਖੜਕ ਤੇ ਤੁਮੇ ਸ਼ਰਨ ਤਿਆਰੀ ਆਪ ਆਦੇ ਲਿਓ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਬਹੁਤ ਚੰਗੇ ਗੁਣ ਮੈਂ ਕਹਿੰਦਾ ਪਰਿਵਾਰ ਦੇ ਵੱਲੋਂ ਵੀ ਬੱਚੇ ਦੇ ਅੰਦਰ ਪਾਏ ਗਏ ਨੇ। ਸਭ ਤੋਂ ਮੇਨ ਗੱਲ ਹੁੰਦੀ ਹੈ ਸੰਸਕਾਰ, ਬੱਚੇ ਨੂੰ ਕਿਹੋ ਜਿਹੇ ਸੰਸਕਾਰ ਮਿਲਦੇ ਨੇ ਉਹ ਮਾਤਾ ਪਿਤਾ ਤੋਂ ਮਿਲਦੇ ਨੇ। ਅੱਛਾ ਅਨੰਤ, ਫੈਮਿਲੀ ਦੇ ਵਿੱਚ ਕੌਣ ਕੌਣ ਹੈ? ਮੰਮਾ ਪਾਪਾ ਮੈਂ ਅਤੇ ਮੇਰਾ ਵੱਡਾ ਵੀਰਾ। ਅੱਛਾ, ਘਰ ਆਪਣਾ ਕਿ ਉਹ ਰੈਂਟ 'ਤੇ ਆ? ਰੈਂਟ ਰੈਂਟ 'ਤੇ ਰਹਿੰਦੇ ਹੋ? ਕਿੱਥੇ ਰਹਿੰਦੇ ਹੋ? ਮਾਡਲ ਟਾਊਨ। ਮਾਡਲ ਟਾਊਨ ਰਹਿਣਾ ਇੱਥੇ ਜਿੱਥੇ ਅਸੀਂ ਕਹਿੰਦੇ ਹਾਂ? ਹਾਂਜੀ। ਲੱਗੇ ਤਾਂ ਕੀ ਆ? ਹਾਂਜੀ ਹਾਂਜੀ। ਅੱਛਾ, ਕਿੰਨਾ ਰੈਂਟ ਦਿੰਦੇ ਹੋ ਫਿਰ ਉਹਦਾ? 5000। 5000 ਦਿੰਦੇ ਹੋ? ਹਾਂਜੀ। ਹੋ ਜਾਂਦਾ ਗੁਜ਼ਾਰਾ? ਹੋ ਜਾਂਦਾ ਫਿਰ ਇਹਦੇ 'ਚ? ਹੋ ਜਾਂਦਾ। ਹੋ ਜਾਂਦਾ, ਪਾਪਾ ਦੀ ਜੋਬ ਦੀ ਤਨਖਾਹ ਵੀ ਆਉਂਦੀ ਆ ਫਿਰ। ਅੱਛਾ, ਹੋ ਹੀ ਜਾਂਦਾ। ਅੱਛਾ, ਤੁਸੀਂ 10 ਸਾਲ ਦੇ ਹੋ ਹੈ ਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋ, ਤੁਹਾਨੂੰ ਪਤਾ ਵੈ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰਿਵਾਰ ਦੇ ਵਿੱਚ? ਹਾਂਜੀ ਪਤਾ ਵੈ। ਹਾਂਜੀ। ਅੱਛਾ, ਹੋਰ ਕੀ ਗੁਣ ਨੇ ਤੁਹਾਡੇ ਅੰਦਰ ਇਹ ਦੱਸੋ? ਜਿਵੇਂ ਤਬਲਾ ਤੁਸੀਂ ਵਜਾਉਂਦੇ ਹੋ, ਬਹੁਤ ਸੋਹਣਾ ਵਜਾਉਂਦੇ ਹੋ, ਮੈਂ ਵੀਡੀਓਜ਼ ਵੀ ਦੇਖੀਆਂ ਤੁਹਾਡੀਆਂ ਹੈ ਨਾ, ਅਤੇ ਗੁਰਬਾਣੀ ਦਾ ਗਿਆਨ ਆ ਤੁਹਾਨੂੰ, ਗੁਰਦੁਆਰੇ ਦੇ ਅੰਦਰ ਸੇਵਾ ਕਰਦੇ ਹੋ, ਹੋਰ ਕੀ ਚੀਜ਼ ਆ ਉਹ ਆ ਜਿਹੜੇ ਅੰਦਰ ਲੁਕੇ ਆ ਨਾ ਉਹ ਦੱਸੋ ਜ਼ਰਾ। ਗਾਣਾ ਵੀ ਗਾ ਲੈਣਾ। ਅੱਛਾ, ਗਾਣਾ ਵੀ ਗਾ ਲੈਂਦੇ ਹੋ? ਹਾਂਜੀ। ਗਾਣਾ ਗਾ ਕੇ ਸੁਣਾਓ ਫਿਰ ਕੋਈ ਆਪਣਾ ਪਸੰਦ ਦਿੱਤਾ ਆ। ਆਰਸੀ 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 ਨੀ ਮਾਏ ਬੋਲਦਾ ਪਿਆਰ ਨਾਲ, ਆਰਸੀ 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 ਨੀ ਮਾਏ ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮਾਏ ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮਾਏ ਬੋਲਦਾ ਪਿਆਰ ਨਾਲ। ਓ ਜਦੋਂ ਮੁੰਡੇ ਆਵੇ ਤੇਰਾ ਪਿਆ ਸੀ ਚੁਆਰਾ, ਕਾਲਜ ਤੋਂ ਟੋਲੀ ਕਾ ਤੋ ਆਈ ਮੁੰਡੇ ਆਵੇ ਸੱਚੋ ਸੱਚੀ ਦੱਸੀ ਰਾਂਝਣਾ ਵੇ, ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡੇ ਆ ਸੱਚੋ ਸੱਚੀ ਦੱਸੀ ਰਾਂਝਣਾ ਵੇ, ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡੇ ਸੱਚੋ ਸੱਚੀ ਦੱਸੀ ਰਾਂਝਣਾ ਵੇ। ਚਿੱਟੇ ਕੁੜਤੇ ਤੇ ਫੁੱਲ ਦਰਿਆਈ ਦਾ, ਚਿੱਟੇ ਕੁੜਤੇ ਤੇ ਫੁੱਲ ਦਰਿਆਈ ਦਾ, ਤੈਨੂੰ ਇਸ਼ਕ ਲਗਾ ਭਰਜਾਈ ਦਾ ਵੇ, ਸਾਡਾ ਸੰਗ ਛੋੜ ਦੇ ਡੋਲ ਜਾਂਗੀ ਸਾਡੀ ਗਲੀਆਂ ਹੀ ਨਾ ਵੇ ਮਿਹਰਬਾਨੀ, ਹਾਏ ਸਾਡੀ ਗਲੀਆਂ ਹੀ ਨਾ ਵੇ ਮਿਹਰਬਾਨੀ, ਹਾਏ ਸਾਡੀ ਗਲੀਆਂ ਹੀ ਨਾ ਵੇ ਮਿਹਰਬਾਨੀ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸਾਰੀਆਂ ਦੁਆਵਾਂ ਅਨੰਤ ਤੁਹਾਨੂੰ, ਬਹੁਤ ਸਾਰੀਆਂ। ਜਿੰਨੇ ਸਰੋਤੇ ਦੇਖ ਰਹੇ ਨੇ ਬਹੁਤ ਸਾਰੀਆਂ ਦੁਆਵਾਂ ਦਿੰਦੇ ਹੋਣਗੇ। ਛੋਟਾ ਜਿਹਾ ਬੱਚਾ ਇੰਨਾ ਵਾਹ ਕਮਾਲ ਹੈ ਨਾ, ਇੰਨੇ ਗੁਣਵਈ ਬੱਚਾ ਹੈਗਾ ਵਾ, ਚੰਗੇ ਚੰਗੇ ਗੁਣ ਬੱਚੇ ਦੇ ਅੰਦਰ। ਅੱਜ ਕੱਲ੍ਹ ਦੇ ਜਵਾਕ ਜੇ ਅਸੀਂ ਦੇਖਦੇ ਹਾਂ ਉਵੇਂ ਹੁੱਲੜਬਾਜ਼ੀਆਂ ਕਰਦੇ ਫਿਰਦੇ ਨੇ ਘਰਾਂ ਦੇ ਬਾਹਰ, ਕਦੇ ਉਹ ਘਰ ਦੀ ਬੈਲ ਵਜਾਤੀ ਭੱਜ ਗਏ, ਕਦੇ ਉਹ ਘਰ ਦੀ ਬੈਲ ਵਜਾਤੀ ਤਾਂ ਭੱਜ ਗਏ, ਹੈ ਨਾ ਇੱਦਾਂ ਹੀ ਆ। ਅੱਛਾ ਅਨੰਤ, ਮੈਨੂੰ ਇੱਕ ਗੱਲ ਦੱਸੋ, ਹੁਣ ਇੱਥੇ ਤੁਸੀਂ ਖੜ੍ਹਦੇ ਹੋ, ਤੁਸੀਂ ਕਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੈਂ ਖੜ੍ਹਦਾ ਵਾਂ, ਤੁਹਾਡਾ ਕੋਈ ਯਾਰ ਮਿੱਤਰ ਇੱਥੇ ਆਉਂਦਾ ਹੋਊਗਾ ਦੇਖ ਦਿਓ, ਫਿਰ ਸੰਗ ਜੀ ਲੱਗਦੀ ਸਾਡੇ? ਨਹੀਂ, ਯਾਰ ਮਿੱਤਰ ਤਾਂ ਸਗੋਂ ਹੌਸਲਾ ਦਿੰਦੇ ਆ, ਕਈ ਦੋਸਤ ਕੇਲੇ ਵੀ ਲੈ ਕੇ ਜਾਂਦੇ ਮੇਰੇ ਤੋਂ। ਹਾਂਜੀ। ਅੱਛਾ, ਸਕੂਲ ਦੇ ਫਿਰ ਵਿੱਚ ਕਲਾਸ ਦੇ ਵਿੱਚ ਕੀ ਗੱਲਾਂ ਛਿੜਦੀਆਂ ਨੇ ਸਵੇਰੇ ਜਾ ਕੇ, ਜੇ ਪਹਿਲੀ ਰਾਤ ਦੇਖ ਲਿਆ ਤੁਹਾਨੂੰ ਇੱਥੇ ਖੜ੍ਹੇ ਨੂੰ, ਅਗਲੇ ਦਿਨ ਫਿਰ ਸਵੇਰੇ ਕੀ ਗੱਲਾਂ ਹੁੰਦੀਆਂ ਨੇ? ਕੁਛ ਨਹੀਂ ਗੱਲਾਂ ਹੁੰਦੀਆਂ, ਕਿ ਅਨੰਤ ਤੂੰ ਵਧੀਆ ਕੰਮ ਕਰਦਾ ਵਾਂ, ਵਧੀਆ ਮਾਂ ਪਿਓ ਦੀ ਸੰਭਾਲ ਕਰਦਾ ਵਾਂ, ਵਧੀਆ ਗੱਲ ਆ। ਬਿਲਕੁਲ ਬਿਲਕੁਲ। ਅੱਛਾ ਅਨੰਤ, ਇੱਕ ਗੱਲ ਹੋਰ ਆ, ਅਸੀਂ ਖੜ੍ਹੇ ਹਾਂ ਮੇਨ ਬਾਜ਼ਾਰ ਦੇ ਵਿੱਚ, ਇੱਥੇ ਜੇ ਅਸੀਂ ਕੋਈ ਕੰਮ ਕਰਨਾ ਹੋਵੇ, ਇੱਕ ਤਾਂ ਆਪਣਾ ਜਿਹੜਾ ਦੁਕਾਨ ਵਾਲਾ ਹੋ ਜਾਂਦਾ ਵਾ, ਦੁਕਾਨ ਪਾ ਕੇ ਅਸੀਂ ਬਹਿ ਗਏ ਹਾਂ, ਇਹ ਰੇਹੜੀ ਫੜੀ ਵਾਲਾ ਜੇ ਮੈਂ ਸਿਸਟਮ ਤੁਹਾਨੂੰ ਦੱਸ ਦੇਵਾਂ, ਜੇ ਤੁਹਾਨੂੰ ਪਤਾ ਹੋਵੇ ਤਾਂ ਚੰਗੀ ਗੱਲ ਆ, ਮੈਂ ਦੱਸ ਦੇਣਾ, ਇੱਥੇ ਕਮੇਟੀਆਂ ਵਾਲੇ ਬੜੇ ਪਰੇਸ਼ਾਨ ਕਰਦੇ ਨੇ ਫਿਰ, ਉਹ ਆਈ ਆ ਦਿੱਕਤ ਅੱਜ ਤੱਕ? ਇੰਨੇ ਮਹੀਨੇ ਹੋ ਗਏ ਤੁਹਾਨੂੰ ਲਾਉਂਦੇ ਨੂੰ? ਬਹੁਤ ਵਾਰ। ਬਹੁਤ ਵਾਰ ਆਈ ਆ? ਆਹ ਹਫ਼ਤੇ ਕੀ ਬਾਅਦ ਆ ਜਾਂਦੇ ਆ, ਹੁਣੇ ਪਹਿਲਾਂ ਪਿਛਲੇ ਸੰਡੇ ਹੋ ਕੇ ਗਈ ਸੀ, ਆ ਪਰਸੋਂ ਫੇਰ ਆ ਕੇ ਉਹਨਾਂ ਦਾ ਆਫਿਸਰ ਕਹਿੰਦਾ ਪਿਆ ਸੀਗਾ ਵੀ ਇਹ ਚੌਂਕ ਸਾਨੂੰ ਖਾਲੀ ਚਾਹੀਦਾ, ਚੌਂਕ ਖਾਲੀ ਕਰ ਦਿਓ ਨੇ ਤਾਂ ਫਿਰ ਰੇੜੀਆਂ ਪੱਕੀਆਂ ਚੁਕਾਉਣੀਆਂ ਪੈਣੀਆਂ। ਇੱਦਾਂ ਕਹਿੰਦੇ ਨੇ? ਹਾਂਜੀ।
चक्की भी गई है एक अद्धी वारी कितना बहुत सारी चक्की गई है लियाने आ फिर चौथे के दिन आके फिर चक के ले आंदे हैं हां जी अच्छा बड़ी माड़ी गल है साडे प्रशासन दी भी देखो मैं इत्थे दस देना चाहुंना मैं अपनी कोई बयानबाजी नहीं दिंदा कैमरामैन नूं मैं बेनती करूंगा एक बारी रोड दे ना ओ साइड ते एक बारी थोनू दिखा देण नीचे एक वाइट लाइन तुरदी पई आ नीचे दी इस वाइट लाइन दा मतलब यह हुंदा वा बई ये तो इधर इधर तुसी कुछ भी कर सकते हो उधरली रोड जिहड़ी आ सरकारी रोड बनी हुई आ ये जगह दित्ती हुंदी आ एक तुसी अपना इत्थे रह भी सकते हो अपना काम भी कर सकते हो इत्थे पार्किंग भी ला सकते हो वाइट लाइन तो इधर इधर पर माड़ी गल ये आ त्रासदी ये आ साडे प्रशासना दी बेफजूली तंग करना गरीब परिवारां नूं मेहनती लोकां नूं तंग करना रेहड़ी चक्के लै जांदे जिवें कि अनंत ने सानू दस्सिया। अच्छा अनंत हुण जांदे जांदे एक गल होर दसो भी अपने हाण प्राण दे बच्चों नूं मैसेज की देना चाहोगे जेडे कि मापिया नूं वाहवा तंग करते हैं तो अजकल काम करता कोई करते ही नहीं। देखो जे पढ़ाई लिखाई कर ली तुसी चलो पढ़ाई लिखाई कर ली मेहनत कर ली जे मेहनत ही करी गए पढ़ाई लिखाई भी नहीं की तो मेहनत का भी की फायदा हो गया। जे तुसी कामां च लगे रहे पढ़ाई लिखाई की नहीं माँ प्यो नूं सुख मिलिया नहीं फिर वह कोई फायदा नहीं होया। जे मेहनत करी जा रहे हो तुसी पढ़ाई वाल तुहाडा कोई ध्यान नहीं हैगा कोई फायदा नहीं जी वह। अच्छा अनंत पढ़न दे विच किवें आ? वधिया ਵਧੀਆ ਦੇਖ ਲੋ ਝੂਠ ਤਾਂ ਨਹੀਂ ਬੋਲਦੇ? ਨਹੀਂ ਨਹੀਂ ਆਹੀ ਰਿਪੋਰਟ ਕਾਰਡ ਕੱਢ ਲੈਣਾ ਤੁਹਾਡਾ ਕੱਢ ਲੋ ਪੇਪਰ ਚੱਲਦੇ ਪਏ ਨੇ ਤੁਹਾਡੇ ਦੇਖ ਲੋ ਕੱਢ ਲੋ ਵਧੀਆ ਹਾਂਜੀ ਹਾਂਜੀ। ਅੱਛਾ ਹੁਣ ਪੇਪਰ ਦੀ ਤਿਆਰੀ ਹੋ ਗਈ ਆ ਕਰ ਲਈ ਆ ਪੇਪਰ ਦੀ ਤਿਆਰੀ ਜਿਹੜਾ ਕੱਲ ਨੂੰ ਹੈਗਾ ਕਿਹੜਾ ਪੇਪਰ ਆ ਕੱਲ? ਮੈਥ। ਮੈਥ ਦਾ ਸਭ ਤੋਂ ਔਖਾ ਪੇਪਰ ਮੈਨੂੰ ਲੱਗਦਾ ਹੁੰਦਾ ਸੀ ਇਹ ਕਲਾਸ ਦੇ ਵਿੱਚ ਮੈਥ ਦਾ ਕਿਉਂਕਿ ਆਉਂਦਾ ਹੀ ਕੁਛ ਨਹੀਂ ਹੁੰਦਾ ਹਿਸਾਬ ਕਿਤਾਬ। ਬਹੁਤ ਚੰਗਾ ਲੱਗਾ ਅਨੰਤ ਤੁਹਾਡੇ ਨਾਲ ਮਿਲ ਕੇ ਬਹੁਤ ਸਾਰੀਆਂ ਦੁਆਵਾਂ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਤੁਸੀਂ ਕਰਦੇ ਰਹੋ ਅਸੀਂ ਇਹੀ ਚਾਹੁੰਦੇ ਹਾਂ ਕਿ ਵੱਡੇ ਹੋ ਗਏ ਤੁਸੀਂ ਇੱਕ ਵੱਡੇ ਅਫਸਰ ਮਿਲੋ ਫਿਰ ਅਸੀਂ ਆਈਏ ਤੁਹਾਡੇ ਕੋਲ ਇੰਟਰਵਿਊ ਕਰਨ ਬਈ ਅਨੰਤ ਉਹੀ ਆ ਜਿਹੜਾ ਸਾਨੂੰ ਪਹਿਲਾਂ ਤੋਂ ਜਾਣਦਾ ਹੁੰਦਾ ਸੀ ਛੋਟੇ ਹੁੰਦੇ। ਬਣੋਗੇ ਅਫਸਰ? ਬਣੋਗੇ ਵੱਡੇ ਹੋ ਕੇ? ਹਾਂਜੀ। ਬਾਹਰ ਤਾਂ ਨਹੀਂ ਜਾਣਾ? ਜਾਣਾ ਬਾਹਰ ਜਾਣਾ ਬਾਹਰ ਜਾਣਾ ਬੰਦੇ ਨੇ ਸਾਡੇ ਪਰ ਚਲੋ ਫਿਰ ਵੀ ਬਹੁਤ ਚੰਗਾ ਬਹੁਤ ਗੁੱਡ ਬੱਚਾ ਵਾ। ਅੱਛਾ ਅਨੰਤ ਜਾਂਦੇ ਜਾਂਦੇ ਮੋਬਾਈਲ ਨੰਬਰ ਦੱਸ ਦਿਉ ਆਪਣਾ ਤਾਂ ਜੋ ਕਿਸੇ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕਿਸੇ ਨੇ ਮਦਦ ਕਰਨੀ ਹੋਵੇ ਜਾਂ ਕਿਸੇ ਨੇ ਤੁਹਾਡਾ ਸਹਿਯੋਗ ਦੇਣਾ ਹੋਵੇ ਤੁਹਾਨੂੰ ਮਿਲਣਾ ਹੋਵੇ ਸਪੈਸ਼ਲੀ ਕਿਉਂਕਿ ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਸਟਾਰ ਬਣੇ ਹੋਏ ਹੋ ਤੁਸੀਂ ਇਸ ਵੇਲੇ ਇੱਕ 10 ਸਾਲਾਂ ਦਾ ਬੱਚਾ ਇੰਨੀ ਮਿਹਨਤ ਕਰਦਾ ਆਪਣੇ ਮਾਪਿਆਂ ਦਾ ਸਹਾਰਾ ਬਣਿਆ ਹੋਇਆ ਕਿ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਹੈ ਨਾ ਫੋਨ ਨੰਬਰ ਦੱਸ ਦਿਉ ਤਾਂ ਜੋ ਤੁਹਾਡੇ ਤੱਕ ਪਹੁੰਚ ਆਸਾਨੀ ਹੋ ਜਾਵੇ। 77-103-75-328। ਇੱਕ ਵਾਰੀ ਦੁਬਾਰਾ ਬੋਲੋ। 77-103-75-328। ਬਹੁਤ ਬਹੁਤ ਧੰਨਵਾਦ ਚੰਗਾ ਲੱਗਾ ਸਾਡੇ ਨਾਲ ਮਿਲ ਕੇ ਸਾਨੂੰ ਵੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ। ਸੋ ਦੋਸਤੋ ਜਿਹੜੀ ਉਮਰ ਦੇ ਵਿੱਚ ਮਾਪੇ ਜਵਾਕਾਂ ਨੂੰ ਪਾਲਦੇ ਨੇ ਇਹ ਜਵਾਕ ਆਪਣੇ ਮਾਪਿਆਂ ਦਾ ਮੈਂ ਪਾਲਦਾ ਤਾਂ ਨਹੀਂ ਕਹੂੰਗਾ ਪਰ ਸਹਾਰਾ ਜ਼ਰੂਰ ਬਣਿਆ ਹੋਇਆ ਵਾ ਕਿਉਂਕਿ ਮਾਂ ਬਾਪ ਐਸੀ ਚੀਜ਼ ਨੇ ਐਸੀ ਸ਼ੈ ਨੇ ਜਿਨ੍ਹਾਂ ਨੂੰ ਅਸੀਂ ਜਵਾਕ ਪਾਲ ਨਹੀਂ ਸਕਦੇ ਸਾਰੀ ਜ਼ਿੰਦਗੀ ਵੀ ਪਰ ਉਹਨਾਂ ਦਾ ਸਹਾਰਾ ਜ਼ਰੂਰ ਬਣ ਸਕਦੇ ਹਾਂ। ਸੋ ਬਹੁਤ ਸਾਰੀਆਂ ਦੁਆਵਾਂ ਇਸ ਵੀਰ ਨੂੰ ਦਈਓ ਮੇਰੇ ਛੋਟਾ ਵੀਰ ਮੇਰਾ ਬਹੁਤ ਮਿਹਨਤੀ ਆ ਹੁਣੇ ਤੋਂ ਲੱਗਾ ਹੋਇਆ ਵੀ ਅੱਗੇ ਉਮਰ ਬਹੁਤ ਪਈ ਆ ਪਤਾ ਨਹੀਂ ਕੀ ਇਸ ਬੱਚੇ ਨੇ ਕਰ ਜਾਣਾ ਸਾਨੂੰ ਵੀ ਇਹ ਬੱਚਾ ਪਤਾ ਨਹੀਂ ਅਗਲੇ ਨੈਕਸਟ ਲੈਵਲ 'ਤੇ ਕਿੱਥੇ ਦੇਖਣ ਨੂੰ ਮਿਲੇ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਉਦੋਂ ਤੱਕ ਹੱਸਦੇ ਰਹੋ ਵੱਜਦੇ ਰਹੋ ਦੇਖਦੇ ਰਹੋ ਰਹਿਮਤ ਟੀਵੀ। ਧੰਨਵਾਦ।